एक साल पुरानी पतंग पूरी चल गया। हवा बड़ी तेज ही वह कट ला छे तो वही चलन दे अज नहीं नहीं हाँ हाँ चुक चल 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 मित्रों जाना जी छे तावा एक साल पुरानी पतंग पूरी ध्यान हाँ जी आई सत श्रीकाल की हाल चाल ठीक ठाक हो सारे सो टाइम मित्रों शामा दे वज गए ने चार ते अज का मौसम बहुत ही ज्यादा घेंट आ चेक करो यार किन्नी तेज हवा चलन दी आ तो गुडे वेखो आ कि घेंट उड्डन डे अज सो अज यार होनी फाइनली उडाउन गया जी छे तावा वेलकम बैक टू चैनल गाइज आई होप तुसीं सारे घेंट हो सो अपनी पूरी एक साल पुरानी पतंग जिंद के मरम्मत चलन दी आ टेप टूप ला के सो फिर आप उडाने तो दो पतंगा अपन वो वा सब तो पहला ये वाला छे तावा डावे इधर मौसम चेक करो थोड़ी थोड़ी धुप लगी है तो गुडे चलन डे एक इधर आ एक आ उपर आ आपां नूं वेख के किन्ने गुड्डे चढ़ जाने वेखी फुले सारिआं ने छे तावे नूं वड्ढण ही पैणा सो अज आपां इहनूं चढ़ावांगे जी एक अपने घर हैगा इधर शक्ति ते नाल हैगा अपने को मोनोफिल दा सो इन्हां दोवां गट्टूआं नाल इह वाली पतंग चढ़ूगी लो बाबे मरम्मत अपनी हो गई है डन हाइट चेक करियो गुड्डे दी मेरे बराबर आ पूरी दी पूरी हैना हां नहीं दे दे तुई मगर बराबर ही है ना हां तो पूरी दी पूरी बराबर आ बाकी मरम्मत अपनी हो गई है डन हुण इथों कन्नी दवाईए बस हुण कोई खिच्ची ना फेर जे एक वारी वध गए ना फिर ओके आ काम पूरा बाकी दो डोरा मार लिया आपा ने एदा भी चढ़ जाना होता है चढ़ जाना जा दे हां कन्नी दवाई है चल गावे कन्नी ना इको साए चढ़ जूगा ना छेड़ हां गावा पहला डर जांदा फिर हां चढ़ जूगा ना छेड़ बस हुण इथों इथों उड़ जाए फिर नहीं कोई गल है ना चल जान दे पिछे जे हवा बंद हो गई ना डिगदे फिंडे होंदे यार अगे इनी वधिया हवा चलन दी ना उत्ते लगे गुड्डा चढ़ाउण ते उसे ले हवा दा ही को रुख तो भी नहीं पता लगड़िया किधर दी है ओए ना खिची ना कटो ना कटो ना खिची ओ आ बड़ा गंद हुंदा यार आ यार गुड्डा ना ना लो आ गया भाई इथों पाड़ गया ला टेप यार इनू यार अगे एडी सोणी हवा चलन दी ना गुड्डा चढ़ाउणा शुरू कीता उसले बंद हो गई
ਖੁੱਲਿਆ ਤੂੰ ਟਰਾਈ ਕਰ ਇਹੋ ਹੀ ਆਹੋ ਲਾ ਇਹਨੂੰ ਟੇਪ ਲਾ ਕੇ ਚੜਾ ਇੱਕ ਵਾਰੀ ਫਿਰ ਤੋਂ ਮੁਰੰਮਤ ਕਰਤੀ ਆ ਹੁਣ ਦੁਬਾਰੇ ਦੂਸਰੀ ਟਰਾਈ ਕਰੂਗਾ ਫੁੱਲਾ ਖੁੱਲੇ ਹੁਣ ਹਵਾ ਆਉਣ ਦੀ ਉਹ ਮਿੰਟੋ ਮਿੰਟ ਚੁੱਕਦੇ ਕੰਮ ਚੱਲ 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 ਧਿਆਨ ਨਾ ਕੰਨੀ ਦੁਆਲਾ ਅੱਗੇ ਯਾਰ ਗੱਟੂ ਵੀ ਟੁੱਟ ਗਿਆ ਇੱਕ ਮੈਂ ਤੇ ਆਖਿਆ ਬਸ ਗਈ ਗੱਲ ਬਟ ਆ ਹੀ ਗਿਆ ਸਹੀ ਸਲਾਮ ਤੋਂ ਵਾਪਸ ਚੱਲ ਕੰਨੀ ਦਿਓ ਪੁੱਤ ਚੱਲ ਚੱਲ ਲੱਡੀ ਗੋਡੇ ਦੀ ਸ਼ੇਪ ਲੱਡੀ ਲੋ ਗਿਆ ਸੀ ਮਗਰ ਚੱਲ 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 ਜਾਣ ਦੇ ਹਵਾ ਨੀ ਆਉਣ ਡੀ ਉਹਨੂੰ ਜੀ ਧਿਆਨ ਨਾ ਦੇਈ ਕੰਨੀ ਚੜਾਵਾਂ ਦੇਵਾ ਇਹ ਸ਼ੇਰ ਅੱਜ ਵਿਟਰ ਗਿਆ ਹੈ ਉੱਤੋਂ ਪਾੜ ਗਿਆ ਜਿਵੇਂ ਉਹ ਨਿਯਮ ਲੱਥਣ ਦੇਣਾ ਤਾਂ ਜੋ ਮਰਜ਼ੀ ਹੋਵੇ ਅੱਗੇ ਬੜੀ ਵਧੀਆ ਆਇਆ ਅੱਧਾ ਮਿੰਟ ਚ ਚੱਲ ਗਿਆ ਇੰਸਟਾਗ੍ਰਾਮ ਤੇ ਫੋਨ ਆਉਣ ਡਿਆ ਸਤਾਜ ਜੀ ਤੈਨੂੰ ਕਹਿ ਫਲੈਰ ਮੋਰ ਲਾ ਦੇ ਚਲੋ ਜਦੋਂ ਕੁੱਬਾ ਜਿਹਾ ਆ ਜਾਂਦਾ ਫੇਰ ਲੱਥ ਜਾਂਦਾ ਫੇਰ ਹੱਥਾਂ ਚ ਆ ਗਿਆ ਯਾਰ ਕੁੱਟਾ ਸੁਣਨ ਹੀ ਨੀ ਡਿਆ ਤੇ ਕੰਨਾਂ ਕੀ ਆ ਇੱਥੇ ਕੀ ਰਹੀ ਜਾਣ ਡਿਆ ਵਾ ਇਥੋਂ ਗਾਣ ਜਾਣਾ ਇਹਨੂੰ ਵਰਦਾਨ ਵਾ ਹਵਾ ਚਾਹੀਦੀ ਇਹਨੂੰ ਫੁੱਲ ਥੋੜੀ ਯਾਰ ਅਸੀਂ ਗੁੱਡੇ ਸਾਰੇ ਹਵਾ ਤੋਂ ਪਿੰਡਾਂ ਚੜਾਈ ਜਾਂਦੇ ਹਾਂ ਬਾਬੇ ਜੀ ਥੱਕ ਲੈਂਗਾ ਦਾਦੀ ਕਿੱਥੇ ਡਿੱਗ ਗਿਆ ਯਾਰ ਕੀ ਭੈਣ ਅਰ ਗਿਆ ਲਓ ਮਿੱਤਰੋ ਰਾਗ ਬਹਿ ਗਏ ਜੀ ਯਾਰ ਇੰਨੀ ਕੁ ਮਾੜੀ ਕਿਸਮਤ ਜੇ ਨਾ ਅੱਜ ਝੁੱਡੂ ਕਿਸਮਤ ਵਾ ਝੁੱਡੂ ਹਵਾ ਨਹੀਂ ਆਉਣ ਡੀ ਉਹਦੇ ਕਰਕੇ ਆਉਣ ਡਿਆ ਲਾਈਏ ਯਾਰ ਇਹਨੂੰ ਦੂਜਾ ਚੜਾਈਏ ਇੱਦਾਂ ਨੇ ਪਾੜ ਜਾਣਾ ਰਹਿੰਦਾ ਖੁੰਦਾ ਵੀ ਦੂਜੇ ਚੜਾਉਣੇ ਛੋਟੇ ਹਵਾ ਨਹੀਂ ਆਉਣ ਡੀ ਛੋਟੇ ਗੁੱਡੇ ਚੜਾਉਣੇ ਆਹ ਲੈ ਆ ਉੱਤੇ ਫੜਾ ਜਾ ਯਾਰ ਨਹੀਂ ਰਹਿਣ ਦੇ ਨਾ ਚੜਾ ਮਿੱਤਰੋ ਅੱਜ ਕਿਸਮਤ ਇੰਨੀ ਮਾੜੀ ਆ ਨਾ ਮੈਂ ਹਵਾ ਵੇਖ ਕੇ ਬੜਾ ਖੁਸ਼ ਹੋਇਆ ਮੈਂ ਤੇ ਛੇ ਤਾਵਾ ਡਾਉਂਦੇ ਆ ਆਹ ਬਟ ਯਾਰ ਹਵਾ ਨਹੀਂ ਚੱਲਦੀ ਬਈ ਉਹਦੇ ਚੱਕਰ 'ਚ ਗੁੱਡਾ ਸਾਰਾ ਪਾੜ ਗਿਆ ਵੇਖ ਲਓ ਆ ਵੀ ਚਾਰੇ ਕਦੋਂ ਦੇ ਇੱਥੇ ਕੀ ਡਏ ਆ
ਇਤੋਂ ਗਾਂ ਹੀ ਨਹੀਂ ਜਾਣ ਡਿਆ ਗੇ ਉਹ ਗਈ ਜੀ ਆ ਗੁੱਡਾ ਡਾਉਨੇ ਆ ਓਏ ਤਿੰਨ ਤਵਾ ਆ ਗਿਆ ਜੀ ਪਾੜ ਗਿਆ ਫੇਰ ਯਾਰ ਇਹਦਾ ਕਾਗਜ਼ ਹੀ ਬਹੁਤ ਮਾੜਾ ਮਿੰਟ 'ਚ ਪਾੜ ਜਾਂਦਾ ਜੇ ਸੋ ਇਸ ਕਰਕੇ ਇਹਨੂੰ ਰੱਖ ਹੀ ਦਈਏ ਇੱਥੇ ਉਹ ਉੱਧਰ ਲਾ ਦੇ ਸਾਈਡ ਜੀ 'ਤੇ ਥੋੜ੍ਹਾ ਅੱਗੇ ਬੜੀ ਸੋਹਣੀ ਹਵਾ ਚੱਲਣ ਡੀ ਸੀ ਇਹਨੂੰ ਪੁੱਛ ਹੈਨਾ ਉਹ ਤੋਂ ਬਾਅਦ ਉਹ ਵੀ ਹੁਣ ਹਵਾ ਹੀ ਚੱਲਣ ਡਿਆ ਗੁੱਡੇ ਡਿੱਗੀ ਜਾਣ ਡੇ ਇੱਥੇ ਕੋਈ ਉਹ ਵੇ ਉੱਥੇ ਕੀ ਤਰਲੇ ਲਈ ਜਾਂਦੇ ਚੱਲ ਫੁੱਲੇ ਆਹ ਤਿੰਨ ਤਵਾ ਕਿੱਡਾ ਛੋਟਾ ਜਿਹਾ ਲੱਗਦਾ ਓਏ ਫੁੱਲੇ ਹੋਣਾ ਤਿੰਨ ਤਵਾ ਡਾਤਾ ਡਿਜ਼ਾਇਨ ਤਾਂ ਸੋਹਣਾ ਹੈ ਨਾ ਬਟ ਇੰਨਾ ਖਾਸ ਨਹੀਂ ਹੈਗਾ ਕੁਛ ਫਿਰ ਵੀ ਓਕੇ ਹੀ ਆ ਯਾਰ ਹਵਾ ਮੈਨੂੰ ਇੰਨੀ ਖੇਜ ਐਰਕਾ ਪਤਾ ਨਹੀਂ ਪਿਛਲੇ ਸਾਲ ਬਹੁਤ ਹਵਾ ਘੈਂਟ ਚੱਲਦੀ ਸੀ ਇਸ ਸਾਲ ਬਹੁਤ ਕੰਮ ਔਖਾ ਜੇ ਬਾਕੀ ਮਿੱਤਰੋ ਇਸ ਡੋਰ ਬਾਰੇ ਨਾ ਪਿਛਲੇ ਵਾਰੀ ਆਪਾਂ ਨੇ ਇਹਦੀ ਟੈਸਟਿੰਗ ਕੀਤੀ ਪਿਛਲੇ ਵਲੋਗ 'ਚ ਅਤੇ ਬੜੇ ਜਾਣਿਆਂ ਦੇ ਕਮੈਂਟ ਆਉਣ ਡੇ ਆਉਂਦੇ ਕੁਛ ਕੁ ਹੈਗੇ ਸੀ ਮਹਾਨ ਪੁਰਸ਼ ਜਿਨ੍ਹਾਂ ਨੂੰ ਜ਼ਿਆਦਾ ਗੁੱਡੇ ਡਾਉਣੇ ਆਉਂਦੇ ਆ ਓਏ ਚੱਲ ਆ ਗਈ ਏ ਸਵੜੀ ਨਹੀਂ ਕਰਦੇ ਸੋ ਆਪਾਂ ਗੱਲ ਕਰਦੇ ਪਏ ਵੀ ਕੁਝ ਕੁ ਮਹਾਨ ਪੁਰਸ਼ ਹੈਗੇ ਸੀ ਜਿਨ੍ਹਾਂ ਨੂੰ ਜ਼ਿਆਦਾ ਗਿਆਨ ਆ ਗੁੱਡੇ ਡਾਉਣ ਦਾ ਅਤੇ ਕਹਿੰਦੇ ਤੁਹਾਨੂੰ ਪੇਚੇ ਲਾਉਣੇ ਨਹੀਂ ਆਉਂਦੇ ਇਹ ਆਊਂ ਆ ਜਾਊਂ ਆ ਸੋ ਵੀਰ ਮੇਰੇ ਇਹ ਡੋਰ ਵਾ ਪਹਿਲੀ ਤਾਂ ਗੱਲ ਹੈ ਇਹ ਗੱਟੂ ਨਹੀਂ ਹੈਗਾ ਇਹ ਦੋ ਤਿੰਨ ਜਾਣਿਆਂ ਦੇ ਕਮੈਂਟ ਆਏ ਇਹ ਸਾਡੇ ਕੋਲ ਵੀ ਇਹੀ ਗੱਟੂ ਆ ਸਾਡੀ ਤਾਂ ਕਦੀ ਵੱਢੀ ਨਹੀਂ ਗਈ ਸੋ ਇਹ ਗੱਟੂ ਨਹੀਂ ਹੈਗਾ ਇਹ ਡੋਰ ਵਾ ਜਿਹਨੂੰ ਆਪਾਂ ਕੱਚਾ ਧਾਗਾ ਕਹਿ ਲੈਂਦੇ ਹਾਂ ਅਤੇ ਜਮਾਂ ਹੀ ਬੇਕਾਰ ਡੋਰ ਆ ਸੋ ਆਪਾਂ ਨੂੰ ਵੀ ਪੇਚੇ ਲਾਉਣ ਦਾ ਵੀਰੇ ਬਹੁਤ ਪਤਾ ਵਾ ਇਹ ਚਲੋ ਵਲੋਗ ਬਣਾਉਂਦੇ ਆ ਤਾਂ 2 ਕੁ ਸਾਲ ਹੀ ਹੋਏ ਆ ਬਟ ਗੁੱਡੀ ਡਾਉਂਦਿਆਂ ਨੂੰ ਬਹੁਤ ਟਾਈਮ ਹੋ ਗਿਆ ਵਾ ਸੋ ਜਦੋਂ ਡੋਰ ਦੇ ਪੱਲੇ ਹੀ ਜਾਂਦੀ ਆ ਕੁਛ ਜਮਾਂ ਹੀ ਧਾਗਾ ਵਾ ਜਿਹਨੂੰ ਆਉਂਦੇ ਸੋ ਉਹਦੇ ਕਰਕੇ ਵੱਢੀ ਜਾਂਦੀ ਨਾਲੇ ਇੱਕ ਵਹਿਮ ਹੋਰ ਕਰਦੀ ਵੀ ਇਹ ਗੱਟੂ ਨਹੀਂ ਹੈਗਾ ਇਹ ਇੰਡੀਅਨ ਮਾਂਜਾ ਵਾ ਧਾਗੇ ਵਾਲੀ ਡੋਰ ਵਾ ਅਤੇ ਉੱਦਣ ਹੀ ਆਪਾਂ ਜਦੋਂ ਇਹ ਡੋਰ ਨਾਲ ਗੁੱਡਾ ਚੜ੍ਹਾਉਣ ਡੇ ਆਪਾਂ ਦੂਸਰੇ ਗੱਟੂ ਨਾਲ ਵੀ ਚੜ੍ਹਾਏ ਜਾਂ ਨੂੰ ਪੇਚਾ ਲਾਉਣ ਦੀ ਨਾ ਜਾਚ ਹੋਏ ਤਾਂ ਭਰਾ ਮਿੰਟ 'ਚ ਆਹ ਡੋਰ ਨਾਲ ਮਿੰਟ 'ਚ ਨਾਲ ਨਹੀਂ ਲੱਗਣ ਦਿੱਤਾ ਉਹਨੂੰ ਹੈ ਸੋ ਡੋਰ ਦੇ ਪੱਲੇ ਵੀ ਕੋ ਹੋਣਾ ਚਾਹੀਦਾ ਫਿਰ ਹੀ ਭਰਾ ਵੱਢੂਗੀ ਅਦਰਵਾਈਜ਼ ਤਾਂ ਮੇਰਾ ਗਰਕੀ ਆ ਆਹ ਵੇਖ ਲਓ ਜਮਾਂ ਧਾਗਾ ਵਾ ਕੱਚਾ ਧਾਗਾ ਲੱਗ ਗਿਆ ਓਏ ਆ ਜੇ ਕਰਤਾ ਹੀ ਫੁੱਲੇ ਹੋਣਾ ਕੰਮ ਉਹੀ ਪਰੇ ਨੂੰ ਕੱਢ ਪਰੇ ਨੂੰ ਪਰੇ ਨੂੰ ਪਰੇ ਨੂੰ ਕਰਤਾ ਕੰਮ ਉਹੀ ਨਹੀਂ ਨਹੀਂ ਉਹ ਕੰਨੀ ਦੇ ਦੇ ਅੱਗੇ ਜਾ ਕੇ ਲਓ ਮਿੱਤਰੋ ਵੱਡੇ ਗੁੱਡੇ ਚਰਨੋਂ ਰਹੇ ਹੁਣ ਨਿੱਕਾ ਗੁੱਡਾ ਚੜਾਇਆ ਵਾ ਹਵਾ ਨਹੀਂ ਆਉਣ ਡੀ ਆ ਵੀ ਮਹਾਂ ਚਰਨ ਡਿਆ ਬੰਦਾ ਸਾਡਾ ਤਰਲੇ ਲੈਣ ਡਿਆ ਚੱਲ ਗਾ ਪਾ ਦੇ ਫਿਰ ਵੇਖੀ ਜਾਂਦੀ ਖਿੱਚੀ ਮੈਨ ਆ ਗਿਆ ਧਿਆਨ ਨਾਲ ਰਹੀ ਪਰੇ ਨੂੰ ਨਾ ਫੜਾ ਲਈ ਖਿੱਚੀ ਹੱਥਾਂ ਨੂੰ ਆਉਣ ਡਿਆ ਆ ਗਿਆ ਆ ਗਿਆ ਆ ਗਿਆ ਅੱਗੇ ਫੜ ਲਈ ਟੇਲ ਜਾਂਦੇ 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 ਤੂੰ ਵੀ ਫੇਰ ਦੇ ਅੱਗੇ ਤੂੰ ਵੀ ਫੇਰ ਦੇ ਤੂੰ ਵੀ ਫੇਰ ਦੇ ਕਰਾ ਦੀ ਭਾਜੀ ਲੱਸੀ ਅੱਬੇ ਹਵਾ ਤੇ ਆਉਣ ਨਹੀਂ ਡਈ ਸੋ ਲਾਸਟ ਐਂਡ ਫਾਈਨਲ ਗੁੱਡਾ ਇੱਕ ਹੋਰ ਸੇਮ ਟੂ ਸੇਮ ਸਿੱਧੂ ਮੂਸੇ ਵਾਲਾ ਇੱਕ ਪੇਚਾ ਲਾਉਣਾ ਔਰ ਉਸ ਤੋਂ ਬਾਅਦ ਸਮਾਪਤੀ ਕਰਦੇ ਹਾਂ ਜੋ ਵੀ ਹਵਾ ਵਾਲਾ ਕੰਮ ਬਹੁਤ ਔਖਾ ਹੋਇਆ ਪਿਆ ਜੀ ਦੇਵਾ ਜੇ ਲੋੜੀ ਤੇ ਇੱਦਾਂ ਹੋਇਆ ਫੇਰ ਕੀ ਬਣੂਗਾ ਫੁੱਲਾ ਡਾ ਬਾਵਾਂ ਬੂਵਾਂ ਥਕਾ ਕੇ ਤੇ ਚਲ ਗਿਆ ਕੋਠੇ ਤੇ ਉਦੋਂ ਚੜਾ ਦਾਂਗੇ ਟੈਂਸ਼ਨ ਚੱਲ ਚੱਲ ਜੋ ਟੈਨਰ ਕੀ ਬੇਇੱਜ਼ਤੀ ਨਾ ਕਰਾਂ ਸਾਡੀ ਸਿੱਧੂ ਮੂਸੇ ਵਾਲਾ ਮੈਂ ਪਾਵਾਂ ਨਹੀਂ ਦੇ ਕਿ ਪਾਏਗਾ ਇੱਕ ਪੇਚਾ ਮੇਰਾ ਚਾ ਪਾ ਜੇ ਯਾਰ ਕਬੱਡੀ ਗਈ ਨਾ ਫੇਰ ਵੇਖ ਲਈ ਤੂੰ ਹਿਸਾਬ ਲਾ ਲਈ ਨਹੀਂ ਖਿੱਚੀ ਖੁੱਚੀ ਤੇ ਅੱਗੇ ਵੀ ਫਿਰ ਜਾਣੀ ਤੇ ਕੋਈ ਵੱਡਿਆ ਨੀ ਗਿਆ ਲਿਆ ਨੀ ਮੈਂ ਪਾਉਣਾ ਵੇਖੀ ਸਲੂਟ ਬਾਈ ਸਾਹਿਬ ਠੀਕ ਹੈ ਨਿਆਣੇ ਵੀ ਵੜਦੇ ਨੇ ਨਹੀਂ ਨਹੀਂ ਖਿੱਚੀ ਮੈਨ ਬਣੇ ਕੱਡੇ ਹਵਾ ਹੀ ਨਹੀਂ ਆਉਂਦੀ ਯਾਰ ਚੱਲ ਜਾ
उस्ताद है मूसे वाले ने यार की जाय करा दी अपनी मूसे वाले दी जाय ही हुंदी यार हवा नहीं आउंदी ओ जी यार लाइए यार चलिए चलिए लाइक शेयर एंड कमेंट जरूर करो। सो अज हवा ना चलन करके ना तो अपना छेता वा उड़िया जे ना तीनता वा सिर्फ आ छोटी गुड्डी उड़ी आ ते ओ भी बस इत्थों क तक ही आंदी फिर वापस आ जांदी आ। सो अज ज़्यादा पेचे भी नहीं लगाए गए तो यार हवा का बहुत कम औखा जी मैं छेता वा आया बड़ी चावा चावना चढ़ा बट हवा करके इदा ही हाँ बस कि जिदन हवा चलूगी हम प्रोपर उदन ही आप छेतावा डावे अदरवाइज आप छेतावा डाउना ही नहीं है कि हम बस यही डर आ भी लोहड़ी लागे हवा चल जाए घेंट बाकी नैक्सट कि घेंट जो गट्टू की अनबॉक्सिंग के नाल मिलते हैं। सो वीडियो लाइक कर दौ तो चैनल में सबसक्राइब कर लियो आप 70,000 के बिल्कुल ही नज़दीक हाँ बस मेरे हिसाब न 8,000 रह गया। सो जल्दी जल्दी जाओ सारे भरा जाके कंप्लीट कर दो सबसक्राइबर वाला बटन दबा दो सबसक्राइब वाला बटन दबा दो तो इंस्टाग्राम पर फॉलो कर लियो आ आई डी नीचे आन दी उ भी आप जल्दी जल्दी 50 के करने हैं। तो बाकी मिलते हैं तो नैक्सट वीडियो टिल दैन टेक केयर रब रखा जी।